ਜਿਹੜਾ ਧਰਨਾ ਸੀ ਉਹ ਇੱਥੇ ਵੇਖਣ ਨੂੰ ਮਿਲਿਆ। ਕੱਲ੍ਹ ਵੀ ਉਹ ਕਹਿ ਕੇ ਗਏ ਨੇ ਇਸੇ ਤਰ੍ਹਾਂ ਦੇ ਨਾਲ ਸਾਡਾ ਧਰਨਾ ਜਾਰੀ ਰਹੂਗਾ ਕਿ ਕੁਛ ਇੰਤਜ਼ਾਮਾਤ ਨੇ ਔਰ ਸਾਰੇ ਮਾਹੌਲ ਨੂੰ ਲੈ ਕੇ। ਕੱਲ੍ਹ ਜਿਵੇਂ ਇਸ ਚੀਜ਼ ਨੇ ਥੋੜ੍ਹਾ ਹਿੰਸਕ ਰੂਪ ਧਾਰਨ ਕਰ ਲਿਆ ਸੀਗਾ ਅਤੇ ਅੱਜ ਇਹਨਾਂ ਨੇ ਪੂਰੇ ਮਤਲਬ ਜ਼ਿੰਮੇਵਾਰੀ ਦੇ ਨਾਲ ਇਹ ਆਏ ਸੀਗੇ ਅਤੇ ਉੱਥੋਂ 31 ਹੀ ਬੰਦੇ ਗਿਣ ਕੇ ਲੈ ਕੇ ਆਏ ਸੀ। ਕੱਲ੍ਹ ਜਿਹੜਾ ਹੈਗਾ ਇਹਨਾਂ ਦੇ ਕੰਟਰੋਲ 'ਚ ਨਹੀਂ ਸੀਗਾ ਕਿਉਂਕਿ ਕੱਲ੍ਹ ਸੰਗਤ ਜਿਹੜੀ ਹੈ ਕਾਫੀ ਜ਼ਿਆਦਾ ਆ ਗਈ ਸੀ ਅਤੇ ਅੱਜ ਉੱਥੋਂ 31 ਹੀ ਬੰਦੇ ਆਏ ਸੀਗੇ ਅਤੇ ਉਹਨਾਂ ਨੇ ਇੱਥੇ ਬੈਠ ਕੇ 2 ਘੰਟੇ ਜਿਹੜਾ ਹੈਗਾ ਜਾਪ ਕੀਤਾ ਅਤੇ ਜਾਪ ਕਰਨ ਤੋਂ ਬਾਅਦ 2 ਘੰਟੇ ਉਹਨਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਅੱਗੇ ਜਾਣ ਬਾਰੇ ਅਤੇ ਪਰ ਜਦੋਂ ਉਹਨਾਂ ਨੇ ਅੱਗੇ ਰਿਫਿਊਜ਼ ਕਰਤਾ ਅਤੇ ਫਿਰ ਇੱਥੇ ਅਰਦਾਸ ਕਰਕੇ ਇਹ ਵਾਪਸ ਚਲੇ ਗਏ। ਸਰ FIR ਦਰਜ ਕੀਤੀ ਗਈ ਹੈ ਪਰ ਅਨਨੋਨ ਵਿਅਕਤੀਆਂ ਦੇ ਖਿਲਾਫ FIR ਹੈ ਪੰਜਾਬ ਪੁਲਿਸ ਦੀ। ਦੇਖੋ ਜਿਹੜੇ ਵੀਡੀਓਜ਼ ਵਗੈਰਾ ਹੈਗੇ ਨੇ ਉਹ ਦੇਖ ਕੇ ਉਹਨਾਂ ਦੇ ਵਿੱਚੋਂ ਉਹਦੀ ਸ਼ਨਾਖਤ ਹੋ ਜਾਊਗੀ। ਚੰਡੀਗੜ੍ਹ ਪੁਲਿਸ ਦੀ FIR ਦੇਖਦੇ ਹਾਂ 150-200 ਬੰਦੇ ਦਾ ਦਾਵਾ ਕੀਤਾ ਗਿਆ, ਤੁਹਾਡੀ FIR ਦੇਖਦੇ ਹਾਂ 30-40 ਬੰਦਿਆਂ ਦਾ ਦਾਵਾ, ਉਹਨਾਂ ਦੇ ਵੱਲੋਂ ਬਾਈ ਨੇਮ ਔਰ ਧਰਾਵਾਂ ਦਾ ਬਹੁਤ ਜ਼ਿਆਦਾ ਫਰਕ ਨਜ਼ਰ ਆਉਂਦਾ, ਪੰਜਾਬ ਪੁਲਿਸ ਦੀ FIR ਚੰਡੀਗੜ੍ਹ ਦੇ ਮੁਕਾਬਲੇ ਕਾਫੀ ਢਿੱਲੀ ਨਜ਼ਰ ਆ ਰਹੀ ਹੈਗੀ। ਦੇਖੋ ਇੱਦਾਂ ਦਾ ਕੁਛ ਨਹੀਂ ਹੈ, ਜੋ ਵੀ ਉਹਦੇ ਵਿੱਚ ਵੀਡੀਓਜ਼ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਓਫੈਂਸਿਸ ਹੋਣੇ ਪਾਏ ਗਏ ਨੇ ਉਹ ਸਾਰੀਆਂ ਓਫੈਂਸਿਸ ਜਿਹੜੀਆਂ FIR ਦੇ ਵਿੱਚ ਕਵਰ। ਔਰ ਸਾਹਿਬ ਇਹ ਵਕੀਲ ਕਹਿ ਰਹੇ ਨੇ ਕਿ ਇੱਕ ਘਟਨਾ ਕਰਨ ਦੀਆਂ 2 ਪਰਚੇ ਨਹੀਂ ਦਰਜ ਹੋ ਸਕਦੇ, ਉਹ ਸਾਡੇ ਜਿਹੜੀ ਲੀਗਲ ਟੀਮ ਆ ਉਹ ਆਪੇ ਉਸ ਚੀਜ਼ ਨੂੰ ਦੇਖ ਰਹੀ ਹੈ। ਕੱਲ੍ਹ ਫਿਰ ਦੁਬਾਰਾ ਆਪ ਦੀ ਗੱਲ ਕਹਿ ਕੇ ਗਏ, ਤੁਹਾਡੀ ਤਿਆਰੀਆਂ ਕਿਸ ਤਰ੍ਹਾਂ ਦੀ ਰਹਿਣਗੀਆਂ? ਸੇਮ ਜਿਵੇਂ ਅਸੀਂ ਆਪਣਾ ਡਿਊਟੀ ਦੇ ਤੈਨਾਤ ਹੈਗੇ ਹਾਂ ਅਤੇ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਅਪੀਲ ਵੀ ਕਰਦੇ ਹਾਂ ਕਿ ਸਾਰੀ ਜਿਹੜੀ ਚੀਜ਼ ਹੈਗੀ ਹੈ ਇਸ ਨੂੰ ਪੀਸਫੁਲੀ ਰੱਖਿਆ ਜਾਣਾ ਚਾਹੀਦਾ ਅਤੇ ਆਪਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਕਿਉਂਕਿ ਇਹ ਸਾਰਾ ਰਿਹਾਇਸ਼ੀ ਇਲਾਕਾ ਹੈਗਾ, ਇੱਥੇ ਰਹਿਣ ਵਾਲੇ ਕਿਸੇ ਨੂੰ ਵੀ ਜਿਹੜੇ ਹੈਗੇ ਨੇ ਰੈਜ਼ੀਡੈਂਟਸ ਉਹਨਾਂ ਨੂੰ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਾ। ਸਰ ਆਮ ਤੌਰ 'ਤੇ ਜਿਹੜੇ ਧਰਨੇ ਤੋਂ ਬਾਅਦ ਇਹ ਰਾਹ ਖੋਲ੍ਹ ਦਿੱਤਾ ਜਾਂਦਾ ਸੀ, ਹੁਣ ਇਹ ਪ੍ਰੋਪਰਲੀ ਬੰਦ ਰਹੇਗਾ ਜਾਂ ਇਸੇ ਤਰੀਕੇ ਨੂੰ ਖੋਲ੍ਹਿਆ ਜਾਏਗਾ ਦੁਬਾਰਾ? ਦੇਖੋ ਇੱਧਰ ਨਾਲ ਤਾਂ ਹੁਣ ਇਹ ਚੱਲ ਪੈਣਗੇ ਰਾਹ, ਪਹਿਲਾਂ ਵੀ ਖੋਲ੍ਹ ਦਿੱਤੇ ਜਾਂਦੇ ਸੀ ਹੁਣ ਵੀ ਚੱਲਣਗੇ। ਥੈਂਕ ਯੂ ਸਰ। ਥੈਂਕ ਯੂ।